ਇਹ ਆਪਾਂ ਨਵੀਂ ਸਰਵਿਸ ਸ਼ੁਰੂ ਕੀਤੀ ਹੈ, ਇੱਕ ਦਿਨ ਲਈ ਵੀ ਲੈ ਜਾਓ, ਸ਼ੌਂਕ ਪਗਾਓ ਆਪਣੇ। ਜਿੰਨੀ ਤਰੀਕ ਤੱਕ ਤੁਹਾਡੇ ਕੋਲ ਗੱਡੀ, ਗੱਡੀ ਤੁਹਾਡੀ ਹੈ। ਮਤਲਬ 19-20 ਲੱਖ ਰੁਪਏ ਦੀ ਗੱਡੀ ਤੁਸੀਂ 2500 ਤੋਂ 4500 ਦੇ ਵਿੱਚ ਲੈ ਗਏ, ਤੁਹਾਡੀ ਆਪਦੀ ਕਰਕੇ। ਹੁਣ ਕਾਲੀ ਰੇਂਜ ਆ, ਚਿੱਟੀ ਰੇਂਜ ਖੜੀ ਆ। ਹੁਣ ਇਹਦਾ ਤਾਂ ਬੰਦਾ ਕਹਿ ਨਹੀਂ ਸਕਦਾ, ਮੈਨੂਅਲ ਹੈ ਤਾਂ ਹੈ ਆਟੋਮੈਟਿਕ। ਹੁਣ ਜਦੋਂ ਆਪਾਂ ਆਹ ਕਿਸੇ ਨੂੰ ਸੈਲਫ ਡਰਾਈਵ ਤੇ ਦੇਣੀ ਆ, ਪਰ ਡੇ ਰੈਂਟ ਜਿਹੜਾ ਵਾ 15-20 ਹਜ਼ਾਰ ਦੇ ਵਿੱਚ ਹੋਊਗਾ। ਪਰ ਡੇ 15-20 ਹਜ਼ਾਰ ਦੇ ਵਿੱਚ ਹੈਗਾ ਆ, ਹੈ ਬਈ। ਫਿਰ ਇਹਦਾ ਰੇਟ ਕਿਆ ਹੋਊਗਾ? ਇਹਦਾ ਰੇਟ ਹੋਊਗਾ ਜੀ 5000 ਤੋਂ ਲੈ ਕੇ 7500-8000 ਦੇ ਵਿੱਚ ਵਿੱਚ। 5000 ਤੇ 7500, ਇੰਨਾ ਕੁ ਰੇਟ ਤਾਂ ਅਗਲਾ ਕਹਿੰਦਾ ਵਿਆਹ ਤੇ ਬੁੱਕ ਕਰਾਉਂਦੇ ਆ ਤਾਂ ਉਹਨੂੰ ਦੇਣੇ ਪੈ ਜਾਂਦੇ ਨੇ। ਔਨ ਰੋਡ 45 ਲੱਖ ਦੀ ਤੇ ਗੱਡੀ ਪੈ ਜਾਂਦੀ ਹੈ, 45 ਲੱਖ ਦੀ ਗੱਡੀ ਹੈ, 45 ਲੱਖ ਦੀ ਗੱਡੀ ਆ। ਤੁਸੀਂ ਇੱਕ ਦਿਨ ਲਈ ਵੀ ਉਹ ਗੱਲ ਲੈ ਕੇ ਜਾਣਾ ਤੇ ਵਿਆਹ ਸ਼ਾਦੀ 'ਚ ਆਪਣੀ ਟੌਰ ਮਾਰੋ ਤੇ ਵਾਪਸ ਦੇ ਜਾਓਗੇ। ਰੋਹ ਤੁਹਾਡਾ ਬਈ, ਦੂਣਾ ਕਰਤਾ ਗੱਡੀ ਨੇ ਜਿਹਨੂੰ ਕਹਿ ਦਈਏ ਬਈ। ਹੁਣ ਇੱਥੇ ਆਪਾਂ ਕਿਸੇ ਨੂੰ ਦੇਣੀ ਹੋਵੇ ਫੋਰ ਰੈਂਟ ਤੇ ਕਿੰਨੇ 'ਚ ਜਾਂਦੀ ਆ ਇਹ? ਸੀਜ਼ਨਲੀ ਡਿਪੈਂਡ ਕਰਦਾ ਆ, 2500 ਤੋਂ ਲੈ ਕੇ 4500 ਦੇ ਵਿੱਚ ਵਿੱਚ ਇਹਦਾ ਰੇਟ ਹੋਊਗਾ ਪਰ ਡੇ। ਪਰ ਡੇ ਟਰਮਸ ਐਂਡ ਕੰਡੀਸ਼ਨ ਦੇ ਵਿੱਚ ਇਹੋ ਹੀ ਆ ਮੇਨ, ਕਿ ਜਿੰਨੇ ਤੁਸੀਂ ਮੰਨ ਲਓ ਅੱਜ ਦੀ ਤਰੀਕ ਤੋਂ ਲੈ ਕੇ ਮਹੀਨਾ 30 ਦਿਨ ਹੋਰ ਤੁਹਾਡੇ ਕੋਲ ਗੱਡੀ ਆ, ਐਗਰੀਮੈਂਟ ਦੇ ਵਿੱਚ ਇਹੋ ਲਿਖਿਆ ਕਿ ਉਦੋਂ ਤੱਕ ਦੀ ਜ਼ਿੰਮੇਵਾਰੀ ਤੁਹਾਡੀ ਆ। ਤੇ ਅਗਲਾ ਕਹਿੰਦਾ ਆਟੋਮੈਟਿਕ ਗੱਡੀ ਚਲਾਉਣੀ ਆ। ਹੁਣ ਇਹ ਆਟੋ ਮਿਲ ਜੂ? ਇਹ ਸਾਰੀਆਂ ਆਟੋ ਹੀ ਖਲੋਤੀਆਂ ਤੁਹਾਡੇ ਸਾਹਮਣੇ, ਸਾਰੀਆਂ ਹੀ ਆਟੋ ਨੇ। ਇਹਦਾ ਰੇਟ ਜਿਹੜਾ ਵਾ ਉਹੀ 2500 ਤੋਂ 4500, 2500 ਤੋਂ 4500। ਹੁਣ ਕਈਆਂ ਨੂੰ ਬਈ ਫੋਰਚੂਨਰ ਪਸੰਦ ਆ, ਅਗਲਾ ਕਹਿੰਦਾ ਆਟੋਮੈਟਿਕ ਚਾਹੀਦੀ ਆ, ਉਹ ਵੀ ਹੋਜੂ? ਇਹ ਵੀ ਆਟੋ ਹੀ ਖੜੀਆਂ ਨੇ। ਅੱਛਾ, ਦੋਨੋਂ ਆਟੋ 4x4? 4x4 ਲਗਜ਼ਰੀ ਸੈਗਮੈਂਟ 'ਚ ਸਾਡੇ ਕੋਲ Q7 Q3 ਆ, ਆਪਣਾ BM5 ਸੀਰੀਜ਼ ਆ, ਆਡੀ A6, ਆਡੀ A4 ਆ। ਅੱਛਾ, ਇਹ ਮਿਨੀਮਮ ਡਿਊਰੇਸ਼ਨ ਜਿੰਨਾ ਲਗਜ਼ਰੀ ਸੈਗਮੈਂਟ ਤੁਸੀਂ ਲਾ ਲਓ ਕਿ 15 ਦਿਨ ਤੋਂ ਘੱਟ ਨਹੀਂ ਦੇਣਾ। ਅਰਬਨ ਕਰੂਜ਼ਰ, ਅੱਛਾ ਹਾਂ, ਗਲੈਂਜ਼ਾ, ਸਵਿਫਟ, ਕ੍ਰੇਟਾ, ਹਾਂ ਠੀਕ ਹੈ, ਕੀਆ ਦੀ ਸੈਲਟਸ, ਅੱਛਾ ਠੀਕ ਹੈ ਜੀ, ਨਿਓਸ ਦੀ, ਹੁੰਡਾਈ ਦੀ i20, ਕੋਈ ਐਸੀ ਕਾਰ ਨਹੀਂ ਹੈ ਜਿਹੜੀ ਉਹ ਕੈਬਸ ਕੋ ਨਹੀਂ ਹੈ। ਕੀ ਮਤਲਬ ਕਿ ਜਿਹੜੀ ਸਭ ਤੋਂ ਛੋਟੀ ਤੋਂ ਛੋਟੀ ਸੈਗਮੈਂਟ ਆ, ਸਭ ਤੋਂ ਵੱਡੀ ਸੈਗਮੈਂਟ ਆ ਅਵੇਲੇਬਲ ਹੋ ਸਕਦੀ ਆ। ਆਲਟੋ i10 ਤੋਂ ਲੈ ਕੇ, ਠੀਕ ਹੈ, ਆਲਟੋ ਤੋਂ ਲੈ ਕੇ ਰੇਂਜ ਰੋਵਰ ਤੱਕ ਗੱਡੀਆਂ ਰੱਖੀਆਂ ਹੋਈਆਂ ਨੇ। ਹਾਂਜੀ ਮਿੱਤਰੋ, ਸਤਿ ਸ਼੍ਰੀ ਅਕਾਲ। ਤੇ ਗੱਲਬਾਤ ਇਦਾਂ ਹੈ ਬਈ, ਅੱਜ ਖੜੇ ਆ ਮਾਝੇ 'ਚ, ਹੈ ਮਾਝੇ 'ਚ, ਇੱਦਾਂ ਦੀ ਪਹਿਲੀ ਵੀਡੀਓ ਆ ਜਿਹਦੇ ਵਿੱਚ ਬਈ ਗੱਲਬਾਤ ਹੈ। ਦੇਖੋ ਨੋਰਮਲੀ ਵੀਡੀਓ ਕਰਦੇ ਹੁੰਦੇ ਬਈ, ਗੱਡੀਆਂ ਲਗਜ਼ਰੀ ਖੜੀਆਂ ਹੁੰਦੀਆਂ ਆ, ਅਤੇ ਉਹ 'ਚ ਗੱਲ ਹੁੰਦੀ ਬਈ ਇਹ ਵਿਆਹਾਂ 'ਤੇ ਵੀ ਦਿੰਦੇ ਆ, ਇਹ ਇੱਥੇ ਵੀ ਜਾਂਦੀਆਂ ਨੇ, ਇੱਥੇ ਵੀ ਜਾਂਦੀਆਂ ਨੇ, ਪਰ ਜਿਹੜੀਆਂ ਅੱਜ ਗੱਡੀਆਂ ਖੜੀਆਂ ਪਿੱਛੇ ਰੇਂਜਾਂ ਖੜੀਆਂ ਨੇ, ਪਿੱਛੇ ਫਾਰਚੂਨਰ ਆ, ਸਕਾਰਪੀਓ ਆ, ਥਾਰ ਆ, ਹੈ, ਅਤੇ ਕੋਈ ਕੰਸੈਪਟ ਇੱਕ ਹੋਰ ਵੀ ਹੈਗਾ, ਪਰ ਇਹ ਸਾਰੀਆਂ ਗੱਡੀਆਂ ਹੈਗੀਆਂ ਨੇ ਬਈ ਤੁਹਾਡੇ ਵਾਸਤੇ, ਜਿਹਨੂੰ ਕਹਿ ਦਈਏ ਬਈ ਸੈਲਫ ਡਰਾਈਵ ਦੇ ਉੱਤੇ ਰੈਂਟਲ ਕਾਰਾਂ ਨੇ। ਇਹਦੇ ਵਿੱਚ ਕੋਈ ਉਹ ਵਾਲਾ ਸਿਸਟਮ ਨਹੀਂ ਬਈ ਜੀ ਇਹ ਤੁਸੀਂ ਵਿਆਹ 'ਤੇ ਲੈ ਕੇ ਜਾਓ, ਤੁਹਾਨੂੰ ਇਹ ਕਰਾਂਗੇ ਵੋ ਕਰਾਂਗੇ, ਅਤੇ ਬਾਕੀ ਰਹਿੰਦੀ ਗੱਲ ਜਿਹੜੀ ਨਾ ਰਵਿੰਦਰ ਬਾਈ ਤੋਂ ਲੈਂਦੇ, ਮੈਂ ਬਹੁਤ ਕੁਝ ਦੱਸਦਾ ਵੈਸੇ ਬਈ। ਸਤਿ ਸ਼੍ਰੀ ਅਕਾਲ, ਕਿਵੇਂ ਹੋ ਬਾਈ ਜੀ? ਬਸ ਵਧੀਆ। ਮੈਂ ਕਿਹਾ ਬਾਈ ਜੀ ਗੱਲ ਕਰਦੇ ਸੀ ਆਪਾਂ, ਮੈਂ ਕਿਹਾ ਯਾਰ ਨੋਰਮਲੀ ਵੀਡੀਓ ਕਰਦੇ ਹਾਂ, ਹਾਂਜੀ, ਜ਼ਿਆਦਾਤਰ ਤਾਂ ਮਾਲ ਵਿੱਚ ਕਰਦੇ ਹਾਂ ਜਾਂ ਫਿਰ ਉੱਧਰ ਆਪਾਂ ਪੌਦ ਕੰਨੀ ਚਲ ਜਾਂਦੇ ਹੈ, ਅਤੇ ਜਦੋਂ ਆਪਾਂ ਲਵੇ ਆਉਂਦੇ ਹਾਂ ਤਾਂ ਇੱਥੇ ਆਏ ਹਾਂ ਕਿ ਯਾਰ ਗੱਡੀਆਂ ਇਕੱਲੀਆਂ ਸੈਲਫ ਡਰਾਈਵ ਵਾਲੀਆਂ ਨੇ। ਬਿਲਕੁਲ ਜੀ, ਹੈ, ਅਤੇ ਇੱਕ ਕੰਸੈਪਟ ਹੋਰ ਆ, ਤੁਸੀਂ ਕਹਿੰਦੇ ਬਾਈ ਨੰਬਰ ਪਲੇਟਾਂ ਕਾਲੀਆਂ, ਬਿਲਕੁਲ, ਇਹ ਕੀ ਚੀਜ਼ ਆ ਬਾਈ? ਇਹ ਚੀਜ਼ ਇਹ ਆ ਜੀ, ਉਹ ਕੈਬਜ਼ ਪਿਛਲੇ 6-7 ਸਾਲ ਤੋਂ ਕੰਮ ਕਰ ਰਹੀ ਆ, ਠੀਕ ਹੈ ਜੀ, ਅਤੇ ਰੈਂਟਲ ਕਾਰ ਸਰਵਿਸ ਆ, ਅਤੇ ਇਹ ਲਾਇਸੈਂਸ ਹੋਲਡਰ ਕੰਪਨੀ ਆ। ਯਾਰ ਇਹ ਚੱਕਰ ਕਿਆ ਆ, ਲਾਇਸੈਂਸ ਹੋਲਡਰ ਮੈਂ ਜਿੰਨੀ ਕੁ ਵਾਰੀ ਸੁਣਦਾ ਬਾਈ ਇਹ ਬਿਨਾਂ ਲਾਇਸੈਂਸ ਤੋਂ ਚੱਲ ਨਹੀਂ ਸਕਦਾ। ਜਿਹਦੇ ਕੋਲ ਮੰਨ ਲਓ ਕੋਈ ਹੋਰ ਗੱਡੀਆਂ ਨੇ ਨਾ, ਅਗਲੇ ਕੋਲ 10 ਗੱਡੀਆਂ ਨੇ, ਉਹ ਨਹੀਂ ਕਰ ਸਕਦਾ ਬਾਈ ਆਹ ਕੰਮ? ਨਹੀਂ ਕਰ ਸਕਦਾ ਹੈ ਜੀ। ਕਿਉਂ? ਗਵਰਨਮੈਂਟ ਤੋਂ ਆਥੋਰਾਈਜੇਸ਼ਨ ਲੈਣੀ ਪੈਣੀ ਆ। ਹੁਣ ਕਮਰਸ਼ੀਅਲ ਨੰਬਰ ਪਲੇਟ ਆ, ਯੈਲੋ ਨੰਬਰ ਪਲੇਟ ਆ, ਹੁਣ ਉਹ ਗਵਰਨਮੈਂਟ ਨੂੰ ਵੱਖਰੀ ਫੀਸ ਜਾਂਦੀ ਆ ਤਾਂ ਯੈਲੋ ਪਲੇਟ ਹੁੰਦੀ ਆ। ਕਮਰਸ਼ੀਅਲ ਵਹੀਕਲ ਆ, ਟੈਕਸੀ ਤੇ ਚੱਲ ਰਿਹਾ, ਟੈਕਸੀ ਤੇ ਚੱਲਦੇ ਆ। ਤੇ ਹੁਣ ਕੋਈ ਵੀ ਬੰਦਾ ਲਾਇਸੈਂਸ ਹੋਲਡਰ, ਨਾਰਮਲ ਲਾਇਸੈਂਸ ਦੇ ਉੱਤੇ 4-ਵੀਲਰ ਆਪਾਂ ਕਿਸੇ ਨੂੰ ਨਹੀਂ ਨਾ ਫੜਾ ਸਕਦੇ, ਉਹ ਗਵਰਨਮੈਂਟ ਤੋਂ ਅਥਾਰਟੀ ਲੈਣੀ ਪੈਂਦੀ ਸਾਨੂੰ ਕਿ ਅਸੀਂ ਕਿਸੇ ਨੂੰ ਕਾਰ ਦੇ ਸਕੀਏ, ਤੇ ਉਹ ਨੰਬਰ ਪਲੇਟ ਹੁੰਦੀ ਆ ਕਾਲੀ, ਆ ਜਿਹੜੀ ਆ ਸਕਾਰਪੀਓ ਤੇ ਲੱਗੀ ਹੋਈ ਆ ਕਾਲੀ, ਹੈ, ਹਾਂ, ਇਹ ਕਾਲੀਆਂ ਨੰਬਰ ਪਲੇਟਾਂ ਨੇ, ਇਹ ਮਤਲਬ ਇੱਕ ਪ੍ਰੂਫ ਆ ਕਿ ਅਸੀਂ ਲਾਇਸੈਂਸ ਹੋਲਡਰ ਕੰਪਨੀ ਆ। ਹਾਂ, ਸੋ ਇਹ ਲਾਇਸੈਂਸ ਵਾਲੀ ਪਲੇਟ ਆ, ਬਲੈਕ ਨੰਬਰ ਪਲੇਟ, ਕਿ ਇਹ ਆਪਾਂ ਕਿਸੇ ਨੂੰ ਵੀ ਦੇ ਸਕਦੇ ਕਿ ਬਈ ਤੂੰ ਸੈਲਫ ਡਰਾਈਵ ਤੇ ਗੱਡੀ ਲੈ ਜਾ। ਕੋਈ ਵੀ ਨਾਰਮਲ ਤੁਸੀਂ ਜਿਵੇਂ ਆਏ ਹੋ, ਤੁਹਾਡਾ ਨਾਰਮਲ ਲਾਇਸੈਂਸ ਬਣਿਆ ਆ, ਤੁਸੀਂ ਕੋਈ ਟੈਕਸੀ ਨਹੀਂ ਚਲਾਉਂਦੇ ਜਾਂ ਕੁਝ ਨਹੀਂ, ਤੁਸੀਂ ਆਮ ਮੇਰੇ ਵਰਗੇ ਹਨਾ ਹੈਗੇ, ਤੁਹਾਡੇ ਲਾਇਸੈਂਸ ਦੇ ਉੱਤੇ ਤੁਸੀਂ ਕੋਈ ਵੀ ਇਹਨਾਂ ਦੇ ਵਿੱਚੋਂ ਵੱਡੀ ਗੱਡੀ ਚਲਾ ਸਕਦੇ ਹੋ, ਵਾਏ ਅਸੀਂ ਗਵਰਨਮੈਂਟ ਨੂੰ ਪੇ ਕਰਿਆ ਹੋਇਆ ਲਾਇਸੈਂਸ ਦਾ। ਅੱਛਾ, ਇਹ ਗੱਲਬਾਤ ਬਈ ਹੈਗੀ ਆ, ਹਨਾ। ਹੁਣ ਨਾਰਮਲੀ ਆ ਇੱਕ ਹੁੰਦਾ ਰੂਲ ਕਿ ਯਾਰ ਕੋਈ ਬੰਦਾ ਸੈਲਫ ਡਰਾਈਵ ਤੇ ਲੈ ਕੇ ਚੱਲਿਆ, ਹੈ, ਖਾਸ ਕਰਕੇ ਇਹ ਜਿਹੜਾ ਉਹ ਟ੍ਰੈਂਡ ਹੈ ਅੱਜ ਕੱਲ੍ਹ ਚੱਲਦਾ NRI-ਆਂ ਦਾ, ਹਨਾ, NRI ਬੰਦਾ ਬਾਹਰੋਂ ਆਉਂਦਾ ਆ, ਉਹਦੇ ਕੋਲੋਂ ਫਿਰ ਪ੍ਰੂਫ ਤਾਂ ਹੋਣੇ। ਕਈ ਵਾਰੀ ਮੰਨ ਲਓ ਇੰਡੀਅਨ ਪ੍ਰੂਫ ਹੈ ਹੀ ਨਹੀਂ, ਅਗਲਾ ਆਇਆ ਪਹਿਲੀ ਵਾਰੀ ਆ, ਹੈ, ਤੇ ਉਹਨੂੰ ਕਿੱਦਾਂ ਦੇਵਾਂਗੇ ਗੱਡੀ ਫਿਰ? ਉਹਨਾਂ ਦੇ ਜਾਂ ਤਾਂ ਲੋਕਲ ਰੈਫਰੈਂਸ, ਕੋਈ ਵੀ ਕੋਈ ਚਾਚਾ ਮਾਮਾ ਕੋਈ ਵੀ ਰੈਫਰੈਂਸ ਆ, ਉਹਨਾਂ ਦੇ ਪ੍ਰੂਫ ਲੱਗ ਸਕਦੇ ਆ, ਉਹਨਾਂ ਦੇ ਪ੍ਰੂਫ ਲੈ ਲਾਂਗੇ। ਅਦਰਵਾਈਜ਼ ਜੇ ਨਹੀਂ ਵੀ ਹੈਗਾ ਤੇ ਉਹਨਾਂ ਦਾ ਪਾਸਪੋਰਟ ਦੀ ਤੇ ਟਿਕਟ ਦੀ ਕਾਪੀ ਲਵਾਂਗੇ, ਤੇ ਡਰਾਈਵਿੰਗ ਲਾਇਸੈਂਸ ਜ਼ਰੂਰ ਲਵਾਂਗੇ। ਡਰਾਈਵਿੰਗ ਲਾਇਸੈਂਸ ਦੇ ਵਿੱਚ ਮੈਂ ਇੱਕ ਚੀਜ਼ ਐਡ ਆਨ ਕਰਦਾ ਆ ਵੀ ਉਹਦੇ ਵਿੱਚ ਆਪਣਾ IDP ਬਣਦਾ, ਇੰਟਰਨੈਸ਼ਨਲ ਡਰਾਈਵਿੰਗ ਪਰਮਿਟ।
ਫਿਰ ਵਾਪਸ ਮੋੜ ਜੂ, ਫਿਰ ਇੱਕ ਦਿਨ ਲਈ ਲੈ ਜੂ, ਕੋਈ ਨਾ ਕੋਈ ਟਾਈਮ ਲਿਮਿਟ ਤਾਂ ਹੈਗੀ ਆ ਸਾਡੀ ਕਿ ਇੰਨੇ ਦਿਨ ਦਾ ਟਾਈਮ ਪੀਰੀਅਡ ਹੈ। ਇਹੀ ਬਸ ਗੱਲ ਆ, ਇੱਕ ਦਿਨ ਲਈ ਵੀ ਦੇ ਸਕਦੇ ਅਸੀਂ। ਸਕਾਰਪੀਓ ਇਹਨੂੰ 2 ਦਿਨ 3 ਦਿਨ ਜਿੰਨੇ ਦਿਨ ਮਰਜ਼ੀ ਰੱਖੋ। ਅੱਛਾ ਇਹ ਸਿਸਟਮ ਹੈਗਾ। ਉਹ ਜੱਟਾ ਇੱਧਰ ਦੇਖ ਕੈਮਰੇ ਕੰਨੀ ਝਾਕ ਹੈ ਤੇ ਜਿਹੜੀ ਆਹ ਜਿਵੇਂ ਬਾਈ ਹੁਣ ਸਕਾਰਪੀਓ ਖੜੀਆਂ ਨੇ, ਆਹ ਹੈਗੀ ਆ ਪੁਰਾਣੀ S11। ਇਹ S11 ਆ, S11 ਤੇ ਆਹ ਨਵੀਂ S11 ਕਲਾਸਿਕ ਆ। ਰੇਟ ਦਾ ਕੀ ਫਰਕ ਆ? ਰੇਟ ਦਾ ਕੋਈ ਫਰਕ ਨਹੀਂ ਆ, ਸੇਮ ਹੀ ਪ੍ਰਾਈਸ ਤੇ ਦੇਵਾਂਗੇ। S11 ਸਾਡੇ ਲਈ S11 ਇਸ ਟਾਈਮ ਆਪਾਂ ਖੜੇ ਆ ਬਾਈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈ, ਏਅਰਪੋਰਟ ਰੋਡ ਤੇ। ਹੁਣ ਇੱਥੇ ਆਪਾਂ ਕਿਸੇ ਨੂੰ ਦੇਣੀ ਹੋਵੇ ਫੋਰ ਰੈਂਟ ਤੇ ਕਿੰਨੇ ਚ ਜਾਂਦੀ ਆ? ਇਹ ਸੀਜ਼ਨਲੀ ਡਿਪੈਂਡ ਕਰਦਾ ਆ, 2500 ਤੋਂ ਲੈ ਕੇ 4500 ਦੇ ਵਿੱਚ ਵਿੱਚ ਇਹਦਾ ਰੇਟ ਹੋਊਗਾ ਪਰ ਡੇ। ਹਾਂ ਤੇ ਉਹ ਜਦੋਂ ਜਿਹੜਾ ਮਰਜ਼ੀ ਲੈ ਜਾਏ ਇਹਨੂੰ। ਤੇ ਇਹਦੇ ਵਿੱਚ ਕੋਈ ਐਗਰੀਮੈਂਟ ਸਾਈਨ ਕਿਹੜਾ ਹੈ? ਮੰਨ ਲਓ ਮੈਂ ਮਹੀਨੇ ਲਈ ਲੈ ਕੇ ਚੱਲਿਆ, ਹੁਣ ਮੇਰੇ ਤੋਂ ਸਾਈਨ ਕਾਹਤੇ ਕਰਾਉਣੇ ਆ? ਅਗਰੀਮੈਂਟ ਟਰਮਸ ਐਂਡ ਕੰਡੀਸ਼ਨ ਦਾ ਓਵੋ ਕੈਬਸ ਦਾ ਆਪਣਾ ਬਣਿਆ ਹੋਇਆ ਲੀਗਲਾਈਜ਼ ਵੇ ਦੇ ਵਿੱਚ, ਠੀਕ ਹੈ। ਉਹਨੂੰ ਸਾਈਨ ਕਰੋ, ਟਰਮਸ ਐਂਡ ਕੰਡੀਸ਼ਨ ਆ। ਟਰਮਸ ਐਂਡ ਕੰਡੀਸ਼ਨ ਦੇ ਵਿੱਚ ਇਹੋ ਹੀ ਆ ਮੇਨ ਕਿ ਜਿੰਨੇ ਤੁਸੀਂ ਮੰਨ ਲਓ ਅੱਜ ਦੀ ਤਰੀਕ ਤੋਂ ਲੈ ਕੇ ਮਹੀਨਾ 30 ਦਿਨ ਹੋਰ ਤੁਹਾਡੇ ਕੋਲ ਗੱਡੀ ਆ, ਐਗਰੀਮੈਂਟ ਦੇ ਵਿੱਚ ਇਹੋ ਲਿਖਿਆ ਕਿ ਉਦੋਂ ਤੱਕ ਦੀ ਜ਼ਿੰਮੇਵਾਰੀ ਤੁਹਾਡੀ ਆ। ਅੱਛਾ, ਕਿ ਜਿੰਨੇ ਕਿਲੋਮੀਟਰ ਤੇ ਗੱਡੀ ਤੁਹਾਨੂੰ ਫੜਾਤੀ ਉਦੋਂ ਗਾਂ ਤੇ ਜਦੋਂ ਮੀਟਰ ਘੁੰਮਦਾ, ਬਿਲਕੁਲ ਕੋਈ ਸਕਰੈਚ, ਕੋਈ ਡੈਮੇਜ, ਟਾਇਰ ਪਾਰਟ ਗਿਆ, ਜੇ ਕੋਈ ਇਲੀਗਲ ਐਕਟੀਵਿਟੀ ਉੱਤੇ ਹੋਈ ਆ, ਉਹਦੇ ਜ਼ਿੰਮੇਵਾਰ ਤੁਸੀਂ। ਅੱਛਾ, ਉਹ ਵੀ ਉਹੀ ਆ? ਹਾਂਜੀ। ਅੱਛਾ, ਇਹ ਆਪਣੇ ਵਾਲੇ ਪਾਸਿਓਂ ਅਸੀਂ ਹੁਣ ਕੋਰੇ ਆ? ਬਿਲਕੁਲ ਜੀ, ਹਾਂ ਬਿਲਕੁਲ, ਕਿਉਂਕਿ ਅਸੀਂ ਤੁਹਾਨੂੰ ਗੱਡੀ ਦੇ ਚੁੱਕੇ ਹਾਂ, ਗੱਡੀ ਤੁਹਾਡੀ ਆ ਮਹੀਨੇ ਵਾਸਤੇ, ਹੁਣ ਸਾਡੀ ਨਹੀਂ। ਜਿੰਨੀ ਤਰੀਕ ਤੱਕ ਤੁਹਾਡੇ ਕੋਲ ਗੱਡੀ, ਗੱਡੀ ਤੁਹਾਡੀ ਆ, ਕਿ ਮਤਲਬ 19-20 ਲੱਖ ਰੁਪਏ ਦੀ ਗੱਡੀ ਤੁਸੀਂ 2500 ਤੋਂ 4500 ਦੇ ਵਿੱਚ ਲੈ ਗਏ, ਤੁਹਾਡੀ ਆਪਦੀ ਕਰਕੇ। ਬਿਲਕੁਲ, ਬਸ ਪੁੱਠਾ ਕੰਮ ਕੋਈ ਨਹੀਂ ਕਰਨਾ। ਤੇ ਬਾਈ ਆਹ ਸੀਗੀਆਂ, ਇਹ ਤਾਂ ਸਕਾਰਪੀਓ ਹੈ। ਹਾਂਜੀ ਹਾਂਜੀ, ਹੁਣ ਸਕਾਰਪੀਓ ਕਈਆਂ ਨੇ ਕਹਿਣਾ ਯਾਰ ਕੱਲੀਆਂ 2 ਹੀ ਖੜੀਆਂ ਨੇ। ਨਹੀਂ ਨਹੀਂ, ਇਹ ਇਹ ਲਿਮਿਟ ਨਹੀਂ ਹੈਗੀ, ਇਹ ਗੱਡੀਆਂ ਉਹ ਨੇ ਜਿਹੜੀਆਂ ਸਾਡੇ ਕੋਲ ਇਸ ਟਾਈਮ ਅਵੇਲੇਬਲ ਆ। ਸਾਰੀਆਂ ਕਿਉਂਕਿ ਸਾਨੂੰ ਪਤਾ ਹੁੰਦਾ ਵੀ ਕਸਟਮਰ ਦੀ ਡਿਮਾਂਡ ਕੀ ਹੈ। NRI ਵੀਰ ਭਰਾ ਜਿਹੜੇ ਸਾਡੇ ਬਾਹਰ ਸੈਟਲ ਨੇ, ਅਗਲਾ ਕਹਿੰਦਾ ਆਟੋ ਚਲਾਉਣਾ, ਆਟੋ ਚਲਾਉਣੀ ਆ, ਤੇ ਫਿਰ ਆਟੋ ਹੀ ਲੈ ਕੇ ਰੱਖੀ ਆ ਉਹਨਾਂ ਵਾਸਤੇ। ਇਹ ਬਣਾ ਸਾਰੀ ਉੱਥੋਂ ਤੱਕ ਲੈਣ ਜਿੰਨੀ ਵੇਖਦੀ ਆ, ਉਹ ਰੇਂਜਾਂ ਰੂੰਜਾਂ ਤਾਂ ਆਟੋ ਹੀ ਨੇ, ਸਾਰੀਆਂ ਹੀ ਆਟੋ ਨੇ, ਫੋਰਚੂਨਰਾਂ ਵੀ ਆਟੋ ਨੇ। ਇਹਦੇ ਵਿੱਚ ਆਪਾਂ ਕਹਿ ਸਕਦੇ ਕਿ ਬਾਈ ਮੈਨੂੰ ਇਹਦੇ ਵਿੱਚ ਹੁਣ ਆਉਂਦਾ ਨਹੀਂ ਆ, ਅਦਰਵਾਈਜ਼ ਆਪਣਾ ਇਹ ਵੀ ਆਪਾਂ ਇੱਕ ਵੇਰੀਐਂਟ ਰੱਖ ਲੈਂਦੇ, ਇਹ ਆਪਾਂ ਕਰ ਸਕਦੇ ਸੀਗੇ। ਪਰ ਆਹ ਆ ਬਾਈ ਹੁਣ, ਹਨਾ, ਇਹ ਸਾਰੀਆਂ ਹੈਗੀਆਂ ਨੇ ਨਵੀਆਂ ਜਿਹਨੂੰ ਕਹਿ ਦਈਏ। ਹੁਣ ਇਹਦੇ ਵਿੱਚ ਆਪਾਂ ਪ੍ਰਾਈਸ ਕੀ ਰੱਖੀ ਆ ਪਰ ਡੇ ਦੀ? ਇਹਨਾਂ ਦਾ ਸੇਮ ਸਕਾਰਪੀਓ ਵਾਲਾ ਹੀ ਸੈਗਮੈਂਟ ਆ, SUV 2500 ਤੋਂ ਲੈ ਕੇ 4500 ਦੀ ਰੇਂਜ, 4500-5000 ਇਹ ਤੋਂ ਵੱਧ ਨਹੀਂ। ਤੇ ਇਹਦਾ ਵੀ ਟਾਈਮ ਲਿਮਿਟ ਹੈਗੀ ਬਾਈ, ਕਿ 2-3 ਦਿਨ ਦੀ ਗੱਲ ਆ, ਜੇ 1 ਦਿਨ ਤੇ ਵੀ ਲਿਜਾ ਸਕਦੇ ਇਹ? ਆਪਾਂ ਨਵੀਂ ਸਰਵਿਸ ਸ਼ੁਰੂ ਕੀਤੀ ਹੈ, 1 ਦਿਨ ਲਈ ਵੀ ਲੈ ਜਾਓ, ਸ਼ੌਂਕ ਪਗਾਓ ਆਪਣੇ। ਅੱਛਾ, ਅਗਲਾ ਕਹਿੰਦਾ ਬਾਈ ਆਪਦੇ ਵਿਆਹ ਤੇ ਮੈਂ ਸੈਲਫ ਡਰਾਈਵ ਤੇ ਕਾਰ ਲੈ ਕੇ ਜਾਣੀ ਆ, ਕੋਈ ਟੈਨਸ਼ਨ ਨਹੀਂ। ਅੱਛਾ, ਕੋਈ ਡਰਾਈਵਰ ਦੇ ਝੰਜੜ ਦੇ ਕੋਈ ਕੁਛ ਨਹੀਂ? ਅਗਲਾ ਕਹਿੰਦਾ ਤਾਕੀ ਖੋਲਣੀ ਆ ਬਾਈ, ਪਹਿਲਾਂ ਮੈਂ ਉਹ ਲਾਉਂਗਾ ਸ਼ਗਨ ਜਾਂ ਫਿਰ ਵਿੰਡੋ ਖੋਲੂਗਾ, ਉਹ ਰੌਲਾ ਮੁੱਕ ਗਿਆ। ਤੇ ਵੀ ਇੱਕ ਤਾਂ ਬਾਈ ਆਹ ਗੱਡੀਆਂ ਨੇ, ਫਿਰ ਯਾਰ ਪਿੱਛੇ ਆਹ ਨੋਵਾ ਕਾਹਤੋਂ ਖੜੀਆਂ ਆ? ਨੋਵਾ ਕਸਟਮਰਾਂ ਲਈ ਆ ਜਿਹੜਾ ਕੰਫਰਟ ਮੰਗਦਾ ਆ, ਜਿਨ੍ਹਾਂ ਨੂੰ ਕੰਫਰਟੇਬਲ ਗੱਡੀ ਚਾਹੀਦੀ ਆ ਤੇ ਚਾਹੀਦੀ ਵੀ 7-ਸੀਟਰ ਆ, ਉਹਨਾਂ ਵਾਸਤੇ ਨੋਵਾ ਕ੍ਰਿਸਟਾ ਆ। ਹੁਣ ਜਦੋਂ ਇੱਦਾਂ ਦੀ ਗੱਡੀ ਹੁੰਦੀ ਨਾ, ਹੁਣ ਟੱਬਰ ਆ ਗਿਆ ਬਾਹਰੋਂ, ਅਗਲਾ ਕਹਿੰਦਾ ਯਾਰ ਮੈਨੂੰ ਨਾਲ ਡਰਾਈਵਰ ਡਰੂਵਰ ਵੀ ਚਾਹੀਦਾ, ਆ ਵੀ ਸਿਸਟਮ ਹੈ ਆਪਣੇ ਕੋਲ? ਸਿਸਟਮ ਹੈਗਾ ਆ, ਪਰ ਉਹ ਕੰਪਨੀ ਜਿਹੜੀ ਆ ਉਹ ਕੈਬਸ ਇਹਦੀ ਲਾਇਬਿਲਟੀ ਨਹੀਂ ਲੈਂਦੀ। ਅਸੀਂ ਅਟੈਚ ਕਰਾ ਦਾਂਗੇ ਡਰਾਈਵਰ, ਤੇ ਡਰਾਈਵਰ ਦੇ ਨਾਲ ਕਸਟਮਰ ਦੀ ਆਪਣੇ ਆਪ ਡੀਲ ਹੋਊਗੀ। ਅੱਛਾ, ਕਿ ਉਹਦੇ ਹਿਸਾਬ ਨਾਲ ਆਪਣਾ, ਹਾਂ ਉਹ ਜੋ ਉਹਨਾਂ ਦਾ ਵੀ ਰੇਟ ਸੈੱਟ ਹੋਵੇ ਪਰ ਡੇ ਦਾ, ਜਿਵੇਂ ਵੀ ਉਹਨਾਂ ਨੇ ਸੈਟਲਮੈਂਟ ਕਰਨੀ ਆ, ਉਹਦੇ ਵਿੱਚ ਕੰਪਨੀ ਦੀ ਕੋਈ ਲਾਇਬਿਲਟੀ ਨਹੀਂ, ਕੰਪਨੀ ਦੀ ਲਾਇਬਿਲਟੀ ਹੈ ਸਿਰਫ ਉਹਨਾਂ ਦੀ ਗੱਡੀ ਤੱਕ ਹੈ। ਗੱਡੀ ਆਪਾਂ ਦੇਤੀ, ਹੁਣ ਜਿਵੇਂ ਬਈ ਆਹ ਕ੍ਰਿਸਟਾ ਖੜੀ ਹੋਆ, ਹੁਣ ਹਾਈ ਕ੍ਰੋਸ ਵੀ ਆ ਗਈ ਹੋਆ, ਉਹ ਵੀ ਅਵੇਲੇਬਲ ਹੋ? ਉਹ ਵੀ ਅਵੇਲੇਬਲ ਹੈ। ਤੇ ਬਈ ਇਹਦਾ ਰੇਟ ਕਿੰਨਾ ਹੋਊਗਾ ਪਰ? ਇਹਦਾ ਰੇਟ ਆਪਣਾ ਜਾਂਦਾ ਜੇ 3000 ਤੋਂ 4000 ਪਰ। ਤੇ ਹਾਈ ਕ੍ਰੋਸ? ਹਾਈ ਕ੍ਰੋਸ ਵੀ 3000 ਪਰ ਡੇ। ਅੱਛਾ, ਅਨੂਵਾ ਦਾ ਰੇਟ ਸੇਮ ਚੱਲਦਾ? ਸੇਮ ਚੱਲਦਾ। ਤੇ ਇਹਦਾ ਸਿਸਟਮ ਵੀ ਐ ਕਿ 1-2 ਦਿਨ ਦੇ ਹਿਸਾਬ ਨਾਲ ਕਿ ਥੋੜਾ ਲੰਬਾ ਚੱਲਦੇ ਆ? ਨਹੀਂ, ਦੇ ਦਿੰਦੇ ਆਪਾਂ, ਸਾਰੀ 7-ਸੀਟਰ ਗੱਡੀਆਂ ਆਪਾਂ ਮਿਨੀਮਮ ਵੈਸੇ ਆਪਣਾ 3 ਕੁ ਦਿਨ ਹੋਣ, ਅਦਰਵਾਈਜ਼ ਜੇ ਲੋਕਲ ਘੁੰਮਣਾ ਤੇ 1 ਦਿਨ ਲਈ ਵੀ 7-ਸੀਟਰ ਗੱਡੀ ਦੇ ਦਾਂਗੇ। 1 ਦਿਨ ਲਈ ਵੀ ਦੇ ਦਿੰਦੇ ਆ, ਅਦਰਵਾਈਜ਼ ਜੇ ਲੌਂਗ ਟੂਰ ਆ ਤੇ 3 ਕੁ ਦਿਨ ਮਿਨੀਮਮ ਹੋਣ।
ਹੁਣ ਘੱਟੋ ਘੱਟ ਹੈ ਹੁਣ ਜਿਵੇਂ ਉਧਰ ਬਈ ਨਵੀਆਂ ਫੋਰਚੂਨਰ ਖੜੀਆਂ ਆ ਖੜੀਆਂ ਨੇ ਟਾਈਪ 2 ਜਿਹੜੀ ਅੱਡ ਖੜੀਆਂ ਕਰ ਰੱਖੀਆਂ ਉਹ ਮੁੰਡਿਆਂ ਨੂੰ ਘੱਟ ਪਸੰਦ ਆਉਂਦੀਆਂ ਇਹ ਕਈਆਂ ਨੂੰ ਵੱਧ ਪਸੰਦ ਨੇ ਹੈ ਆਪਣੇ ਵਾਲਿਆਂ ਨੂੰ ਇਹਦਾ ਰੇਟ ਕਿਆ ਆ ਫਿਰ ਬਈ ਇਹਦਾ ਰੇਟ ਜਿਹੜਾ ਵਾ ਉਹੀ 2500 ਤੋਂ 4500 2500 ਤੋਂ 4500 ਬਿਲਕੁਲ ਹੁਣ ਕਈਆਂ ਨੂੰ ਬਈ ਫੋਰਚੂਨਰ ਪਸੰਦ ਅਗਲਾ ਕਹਿੰਦਾ ਆਟੋਮੈਟਿਕ ਚਾਹੀਦੀ ਆ ਉਹ ਵੀ ਹੋ ਜੂ ਇਹ ਵੀ ਆਟੋ ਹੀ ਖੜੀਆਂ ਨੇ ਅੱਛਾ ਦੋਨੋਂ ਆਟੋ 4x4 4x4 ਹੈ ਬਈ ਇਹ 4x2 ਆ 4x4 ਉਹ 4x4 ਆ ਆਪਸ਼ਨ ਦੋਨੋਂ ਨੇ ਅਗਲਾ ਕਹਿੰਦਾ ਹੁਣ ਕਈ ਵਾਰੀ ਐ ਹੁੰਦਾ ਹੁਣ ਮੈਨੂੰ ਨਾ ਖਾਸ ਕਰਕੇ ਮੇਰੇ ਭਰਾ ਇਦਾਂ ਦੇ ਨੇ ਜਿਹੜੇ ਸੈਲਫ ਡਰਾਈਵਿੰਗ ਦਾ ਕੰਮ ਕਰਦੇ ਨੇ ਗੱਡੀਆਂ ਦਾ ਹਨਾ ਉਹ ਕਈ ਵਾਰੀ ਲਾਂਭਾ ਦਿੰਦੇ ਹੁੰਦੇ ਆ ਕਹਿੰਦੇ ਯਾਰ ਗੱਡੀ ਰੈਂਟ ਤੇ ਦੇਤੀ ਥਾਰ ਦੇਤੀ ਹੈ ਸਕਾਰਪੀਓ ਦੇਤੀ ਜਾਂ ਫੋਰਚੂਨਰ ਕੋਈ ਬੰਦਾ ਲੈ ਗਿਆ ਲਦਾਖ ਠੀਕ ਹੈ ਉੱਥੇ ਜਾ ਕੇ ਗੱਡੀ ਦਾ ਨਾਸ ਮਾਰਤਾ ਹਾਂ ਬਿਲਕੁਲ ਫਿਰ ਸਾਨੂੰ ਲੈ ਕੇ ਚਾਬੀ ਫੜਾ ਦੀ ਕਹਿੰਦੇ ਉੱਥੇ ਬੰਦਾ ਹੁਣ ਕੀ ਕਰੇ ਬਿਲਕੁਲ ਬਿਲਕੁਲ ਹੁਣ ਸਾਡੇ ਕੋਲ ਗੱਡੀਆਂ ਖਾਸ ਕਰਕੇ ਉਦਾਂ ਦੀ ਖੜੀਆਂ ਨੇ ਇਹਨਾਂ ਚੋਂ ਕੋਈ ਵੀ ਚੱਕ ਕੇ ਲਦਾਖ ਲੈ ਜਾਓ ਇਹ ਤਾਂ ਹੈ ਹੀ ਉਹ ਸਪੈਸ਼ਲਿਟੀ ਇਹਨਾਂ ਦੀ ਇਹ ਉੱਚੀਆਂ ਗੱਡੀਆਂ ਨੇ ਪਹਾੜੀ ਏਰੀਆ ਆਫ ਰੋਡਿੰਗ ਕਰੋ ਕਰਦੇ ਵੀ ਨੇ ਆਲਮੋਸਟ ਲੋਕ ਜਦੋਂ ਗੱਡੀ ਦਿੰਦੇ ਆ ਇਹਦਾ ਕੰਪਲੀਟ ਚੈੱਕਅਪ ਕਰਕੇ ਦੇਣਾ ਬਿਲਕੁਲ ਬਿਲਕੁਲ ਜਦੋਂ ਇੱਕ ਕਸਟਮਰ ਕੋ ਚਾਹੇ ਉਹ ਗਈ 2 ਦਿਨ ਲਈ ਚਾਹੇ ਗਈ 1 ਦਿਨ ਲਈ ਕਸਟਮਰ ਤੋਂ ਜੇ ਗੱਡੀ ਵਾਪਸ ਆਈ ਆ ਉਹ ਮੇਨਟੇਨੈਂਸ ਲਈ ਇੱਕ ਰਹੀ ਜਾਣੀ ਹੈ ਅੱਛਾ ਮੇਨਟੇਨ ਹੋਊਗੀ ਭਾਵੇਂ ਉਹ 1 ਦਿਨ ਦੀ ਭਾਵੇਂ 4 ਹੀ ਘੰਟੇ ਲਈ ਕੋਈ ਜਿੱਦਣ ਕਸਟਮਰ ਦੇਣ ਆਉਂਦਾ ਐ ਤਾਂ ਨਹੀਂਗਾ ਯਾਰ ਚਾਬੀ ਫੜਾਈ ਤਾਂ ਫਟਾਫਟ ਭੇਜਤਾ ਨਾ ਜੀ ਨਾ ਪੂਰਾ ਪ੍ਰੋਪਰ ਚੈੱਕਅਪ ਆਪਣਾ ਕਰੀਦਾ ਆ ਉਹਨਾਂ ਨੂੰ ਚੈੱਕ ਕਰਵਾਈਦਾ ਪਹਿਲਾਂ ਦੱਸ ਦਈਏ ਹਾਂ ਬਿਲਕੁਲ ਬਿਲਕੁਲ ਜੇ ਟੈਸਟ ਡਰਾਈਵ ਵੀ ਕਰਨੀ ਆ ਉਹ ਵੀ ਕਰ ਸਕਦੇ ਆ ਅੱਛਾ ਜੇ ਗੱਡੀ ਦੀ ਕੰਪਲੇਨ ਹੈ ਛੱਡ ਜੋ ਦੂਜੀ ਲੈ ਜਾਓ ਦੂਜੀ ਨਹੀਂ ਪਸੰਦ ਤੀਜੀ ਲੈ ਜਾਓ ਤੀਜੀ ਨਹੀਂ ਪਸੰਦ ਚੌਥੀ ਲੈ ਜਾਓ ਹਾਂ ਕਿ ਜਿਹੋ ਜੀ ਕੰਡੀਸ਼ਨ ਜੀ ਦੇਤੀ ਆ ਮੁੜ ਕੇ ਕੰਪਿਊਟਰ ਲਾ ਕੇ ਚੈੱਕ ਕਰਕੇ ਫੇਰ ਦੇਣੀ ਹੈ ਤੈਨੂੰ ਕਹਿ ਦਈਏ ਹੈ ਬਈ ਤੇ ਬਈ ਇੱਧਰ ਖੜੀਆਂ ਨੇ ਹੈ ਇੱਕ ਆਹਾ ਖੜੀ ਆ ਇਹ ਕਿਹੜੀ ਗਲਾਂਜ਼ਾ ਇਹ ਗਲਾਂਜ਼ਾ ਗੱਡੀ ਹੈ ਇਹ ਵੀ ਆਟੋਮੈਟਿਕ ਛੋਟੀ ਸੈਗਮੈਂਟ ਆ ਛੋਟਾ ਸੈਗਮੈਂਟ ਇਹ ਸਿਰਫ ਇਹ ਨਵੀਆਂ ਸਾਰੀਆਂ ਦੇਖੋ ਅਪਲਾਈਡ ਫੋਰ ਨੰਬਰ ਸਾਰੇ ਇਹ ਨਵੀਆਂ ਗੱਡੀਆਂ ਕਢਾਈਆਂ ਕਾਫੀ ਫਲੀਟ ਹੈ ਇਹਦਾ ਵੀ ਆਪਣੇ ਇਹ ਛੋਟੀਆਂ ਗੱਡੀਆਂ ਨੇ ਜਿਹੜੀ 2-3-4 ਬੰਦਿਆਂ ਦੀ ਫੈਮਿਲੀ ਹੈਗੀ ਹੈ ਹਨਾ ਇਹ ਉਹ ਲਿਜਾ ਸਕਦਾ ਫਿਰ ਇਹਨਾਂ ਦਾ ਟਾਈਮ ਪੀਰੀਅਡ ਕਿਹਾ ਤਾਂ ਰੇਟ ਕਿਆ ਰੱਖਿਆ ਹੋਊਗਾ ਇਹਨਾਂ ਦਾ ਵੀ 1 ਦਿਨ 2 ਦਿਨ ਜਿੰਨੇ ਦਿਨ ਮਰਜ਼ੀ ਲੈ ਕੇ ਜਾਓ ਇਹ 1000 ਤੋਂ 1500 ਪਰ ਡੇ ਆ ਬਸ ਸਵਿਫਟ ਇਹ ਨਵੀਂ ਆ ਬਈ ਨਵੀਂ ਨਵੀਂ ਮੈਂ ਕਰਾਂਗੇ ਨਾ ਰੇਟ ਵਧਾਉਣਾ ਵਧਾ ਲਓ ਹੁਣ ਵੀਡੀਓ ਨਾ 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 ਕਿਉਂ ਵਧਾਉਣਾ ਜਿਹੜੀ ਜਿਹੜੀ ਗੱਲ ਹੈ ਲਾਇਸੈਂਸ ਹੋਲਡਰ ਹੋਣ ਦਾ ਮਤਲਬ ਕੀ ਆ ਜੋ ਵਰਦੀ ਬਣਦਾ ਉਹ ਲੈਣਾ ਸੀ ਅੱਛਾ ਹਾਂ ਤੇ ਉਹ ਲੈਣਾ ਜ਼ਰੂਰ ਹੈ ਉਹ ਨਹੀਂ ਛੱਡਣਾ ਹਾਂ ਯਾਰ ਇਦੋਂ ਘੱਟ ਦਾ ਬਣਦਾ ਵੀ ਨਹੀਂ ਉਹ 1500 ਦੇ ਵਿੱਚ ਆ ਦੇ ਦਾਂਗੇ ਫਿਰ 1500 ਤੋਂ 1800 ਦੇ ਵਿੱਚ ਆ ਦੇ ਦਾਂਗੇ ਯਾਰ ਬਾਈ ਇਹ ਵੀ ਆਟੋਮੈਟਿਕ ਹੈ ਇਹ ਵੀ ਆਟੋ ਉਹ ਵੀ ਆਟੋ ਯਾਰ ਤਾਂ ਮਸਲਾ ਹੀ ਮੁੱਕ ਗਿਆ ਹੈ ਇਹ ਬਿਲਕੁਲ ਨਵੀਆਂ ਬ੍ਰਾਂਡ ਨਿਊ ਗੱਡੀਆਂ ਉਹ ਦੇਖ ਲਓ ਭਾਵੇਂ ਲਫਾਫੇ ਚੜੇ ਅਜੇ ਵੀ ਸੀਟਾਂ ਤੇ ਲਫਾਫੇ ਉਹ ਤਾਂ ਨੰਬਰ ਵੀ ਨਹੀਂ ਲੱਗਿਆ ਹਲੇ ਨੰਬਰ ਤੁਹਾਡੇ ਆਉਣ ਵਾਲੇ ਨੇ ਬਾਈ ਫਿਰ ਆਹ ਸੈਗਮੈਂਟ ਹੈਗੀ ਆ ਥੋੜੀ ਜੀ ਉਹ ਕਿ ਪ੍ਰੀਮੀਅਮ ਫਰੀ ਮੂਸੇ ਵਾਲਾ ਹੈ ਮੂਸੇ ਵਾਲਾ ਸੈਗਮੈਂਟ ਇਹ ਵਾਲੀ ਸੈਗਮੈਂਟ ਆ ਬਾਈ ਹੁਣ ਆ ਕਾਲੀ ਰੇਂਜ ਆ ਚਿੱਟੀ ਰੇਂਜ ਖੜੀ ਆ ਹੁਣ ਇਹਦਾ ਤਾਂ ਬੰਦਾ ਕਹਿ ਨਹੀਂ ਸਕਦਾ ਮੈਨੂਅਲ ਹੈ ਤਾਂ ਹੈ ਆਟੋ ਆਟੋਮੈਟਿਕ ਹੁਣ ਜਦੋਂ ਆਪਾਂ ਆਹ ਕਿਸੇ ਨੂੰ ਸੈਲਫ ਡਰਾਈਵ ਤੇ ਦੇਣੀ ਆ ਹੁਣ ਇਹਦੀਆਂ ਟਰਮਸ ਐਂਡ ਕੰਡੀਸ਼ਨ ਤਾਂ ਅੱਡ ਨੇ ਸਾਰੀਆਂ ਤੋਂ ਬਿਲਕੁਲ ਜੀ ਬਿਲਕੁਲ ਇਹ ਕਿਉਂਕਿ ਹੈ ਹੀ ਪ੍ਰੀਮੀਅਮ ਸੈਗਮੈਂਟ ਆ ਇਹਦਾ ਸਿਕਿਉਰਿਟੀ ਡਿਪੋਜ਼ਿਟ ਵੀ ਵੱਧ ਜਾਣਾ ਇਹਦੀਆਂ ਟਰਮਸ ਵੀ ਵੱਧ ਜਾਣੀਆਂ ਤੇ ਇਹਦੀ ਡਿਊਰੇਸ਼ਨ ਵੀ 15 ਦਿਨ ਦੀ ਆ ਘੱਟੋ ਘੱਟ ਘੱਟੋ ਘੱਟ 15 ਦਿਨ ਹੈਗੀ ਆ ਹੈ ਤੇ ਇਹਦਾ ਬਈ ਜੇ ਆਪਾਂ ਕਹੀਏ ਸਿਕਿਉਰਿਟੀ ਜਾਂ ਬਾਕੀ ਕਹਿ ਦਈਏ ਕਿ ਐਡਵਾਂਸ ਪੇਮੈਂਟ ਕਿੰਨੀ ਲੈਣੀ ਹੋ ਜੇ ਮੰਨ ਲਓ ਇਸ ਟਾਈਮ ਕਿਸੇ ਨੇ ਇੱਥੇ ਲੈਣੀ ਆ ਮਾਝੇ ਦੇ ਵਿੱਚ ਤਾਂ ਇਹਦਾ ਕੀ ਹਿਸਾਬ ਕਿਤਾਬ ਹੋਊਗਾ ਇਹਦਾ ਹਿਸਾਬ ਤਾਂ ਲੱਖ ਰੁਪਏ ਸਿਕਿਉਰਿਟੀ ਰੱਖਾਂਗੇ ਇਹਦੀ ਲੱਖ ਰੁਪਏ ਸਿਕਿਉਰਿਟੀ ਹੈ ਸਿਕਿਉਰਿਟੀ ਰਿਫੰਡੇਬਲ ਹੈ ਉਹ ਤਾਂ ਅੱਛਾ ਹਾਂ ਗੱਡੀ ਐਜ਼ ਇਟ ਇਜ਼ ਵਾਪਸ ਉਹ ਰਿਫੰਡੇਬਲ ਹੈ ਬਾਕੀ ਇਹਦਾ ਕੀ ਕਹਿੰਦੇ ਆ ਪਰ ਡੇ ਰੈਂਟ ਜਿਹੜਾ ਵਾ 15-20,000 ਦੇ ਵਿੱਚ ਹੋਊਗਾ ਪਰ ਡੇ 15-20,000 ਦੇ ਵਿੱਚ ਹੈਗਾ ਆ ਹੈ ਬਈ ਤੇ ਬਈ ਇਹ ਗੱਡੀਆਂ ਕੋਈ ਸੈਗਮੈਂਟ ਲਗਜ਼ਰੀ ਦੇ ਹਿਸਾਬ ਨਾਲ ਕਹਿ ਸਕਦੇ ਹੁਣ ਇੱਥੇ ਤਾਂ ਰੇਂਜ ਖੜੀ ਆ ਫੋਰਚੂਨਰ ਖੜੀ ਆ ਹੁਣ ਲਗਜ਼ਰੀ ਸੈਗਮੈਂਟ ਦੇ ਵਿੱਚ ਪੰਜਾਬੀ ਭਾਲਦੇ ਨੇ ਬਈ ਅੱਜ ਕੱਲ੍ਹ ਗਾਣੇ ਚਾਉਣ ਲੱਗੀ ਆ ਕਿ ਤੇਰੀ ਰੂਬੀ ਕੌਨਵੇ ਸੀਮੈਂਟ ਰੰਗੀ ਜੀ ਹੈ ਬਿਲਕੁਲ ਬਿਲਕੁਲ ਉਹ ਗੱਡੀਆਂ ਵੀ ਭਾਲਦੇ ਆ ਅਗਲਾ ਕਹਿੰਦਾ ਵੀ ਮਿਲ ਜਾਣਗੀਆਂ ਉਹ ਵੀ ਦੇਵਾਂਗੇ ਰੂਬੀ ਕੌਨ ਵੀ ਮਿਲ ਜੂਗੀ ਰੂਬੀ ਕੌਨ ਵੀ ਮਿਲ ਜੂ ਹੈ ਅਗਲੇ ਨੇ ਚਾਹ ਪੂਰਾ ਕਰਨਾ ਉਹਦਾ ਵੀ ਫਿਰ 15-20 ਦੇ ਨਾਲ ਹਿਸਾਬ ਹੈ ਉਹਦਾ ਉਹ ਵੀ ਘੱਟੋ ਘੱਟ 15-20 ਦਿਨ ਲਈ ਦੇਵਾਂਗੇ ਤੇ ਉਹਦਾ ਬਈ ਰੇਟ ਫਿਰ ਕਿਆ ਹੋਊਗਾ ਉਹਦਾ ਰੇਟ ਹੀ 15-18,000 ਦੇ ਵਿੱਚ ਉਹਦਾ ਵੀ 15-18,000 ਦੇ ਵਿੱਚ ਹੁਣ ਇਦੋਂ ਇਲਾਵਾ ਹੋਰ ਲਗਜ਼ਰੀ ਸੈਗਮੈਂਟ 'ਚ ਕਿਹੜੀ ਗੱਡੀ ਹੈ ਲਗਜ਼ਰੀ ਸੈਗਮੈਂਟ 'ਚ ਸਾਡੇ ਕੋਲ Q7 Q3 ਆ ਆਪਣਾ BM 5 ਸੀਰੀਜ਼ ਆ ਆਡੀ A6 ਆਡੀ A4 ਆ ਅੱਛਾ ਇਹ ਮਿਨੀਮਮ ਡਿਊਰੇਸ਼ਨ ਜਿੰਨਾ ਲਗਜ਼ਰੀ ਸੈਗਮੈਂਟ ਤੁਸੀਂ ਲਾ ਲਓ ਕਿ 15 ਦਿਨ ਤੋਂ ਘੱਟ ਨਹੀਂ ਦੇਣਾ ਮਤਲਬ ਉਹਦੇ ਵਿੱਚ ਤੁਹਾਨੂੰ SUV ਵੀ ਮਿਲ ਜੂ ਹਾਂ SUV ਵੀ ਮਿਲ ਜੂ ਸਿਡਾਨ ਵੀ ਮਿਲ ਸਿਡਾਨ ਵੀ ਗੱਡੀ ਮਿਲ ਜੂ ਹੈ ਤੇ ਬਈ ਆ ਸੀ ਫਿਰ ਆ ਖੜੀਆਂ ਨੇ ਫਾਰਚੂਨਰ ਹੈ ਉਹ ਸੀਗੀਆਂ ਬਈ ਪੁਰਾਣੀਆਂ ਟਾਈਪ 2 ਆ ਨਵੀਆਂ ਨੇ ਬਿਲਕੁਲ ਜੀ ਫਿਰ ਇਹਦਾ ਰੇਟ ਕਿਆ ਹੋਊਗਾ ਇਹਦਾ ਰੇਟ ਹੋਊਗਾ ਜੀ 5000 ਤੋਂ ਲੈ ਕੇ 7500-8000 ਦੇ ਵਿੱਚ ਵਿੱਚ 5000 ਤੇ 7500 ਇੰਨਾ ਕਰੇਟ ਤਾਂ ਅਗਲਾ ਕਹਿੰਦਾ ਵਿਆਹ ਤੇ ਬੁੱਕ ਕਰਾਉਨੇ ਆ ਤਾਂ ਉਹਨੂੰ ਦੇਣੇ ਪੈ ਜਾਂਦੇ ਨੇ ਔਨ ਰੋਡ 45 ਲੱਖ ਦੀ ਤੇ ਗੱਡੀ ਪੈ 45 ਲੱਖ ਦੀ ਗੱਡੀ ਹੈ ਬਿਲਕੁਲ ਗੱਡੀ ਆ ਤੁਸੀਂ 1 ਦਿਨ ਲਈ ਵੀ ਉਹ ਗੱਲ ਲੈ ਕੇ ਜਾਣਾ ਦੇ ਵਿਆਹ ਸ਼ਾਦੀ 'ਚ ਆਪਣੀ ਟੌਰ ਮਾਰੋ ਤੇ ਵਾਪਸ ਦੇ ਸ਼ੋ ਕਿ ਰੋਹ ਤੁਹਾਡਾ ਬਈ ਦੂਣਾ ਕਰਤਾ ਗੱਡੀ ਨੇ ਜਿਹਨੂੰ ਕਹਿ ਦਈਏ ਬਈ ਇਹ 4 ਵੀਲ ਨੇ 4 ਵੀਲ ਡਰਾਈਵਰ ਆਟੋਮੈਟਿਕ ਨੇ ਆਟੋਮੈਟਿਕ ਨੇ ਬਿਲਕੁਲ ਬਿਲਕੁਲ ਤੇ ਬਈ ਇਹਦਾ ਰੇਟ ਦੱਸ ਤੇ ਇਹਦੀ ਡਿਊਰੇਸ਼ਨ ਕਿੰਨੀ ਆ ਬਈ ਘੱਟੋ ਘੱਟ ਇੰਨੇ ਦਿਨ ਦੇ ਵਿੱਚ ਜਾਓ ਡਿਊਰੇਸ਼ਨ ਇਹਦੀ
ਸਭ ਨੂੰ ਵੱਧ ਤੇ ਟ੍ਰੈਂਡਿੰਗ ਕਾਰਸ ਇਹੋ ਹੀ ਨੇ, ਤਾਂ ਹੀ ਉਹ ਇਹ ਡਿਸਪਲੇ ਦੇ ਲਾ ਕੇ ਤੁਹਾਨੂੰ ਵਿਖਾਈਆਂ ਨੇ ਕਿ ਤੁਸੀਂ ਲੈ ਸਕਦੇ ਹੋ। ਅਗਲਾ ਕਹਿੰਦਾ ਯਾਰ ਵਰਨਾ ਵਰਨਾ ਦੇ ਦਿਓ, ਵਰਨਾ ਵੀ ਮਿਲ ਜੂਗੀ। ਮੈਂ ਤੁਹਾਨੂੰ ਫਿਰ ਹੋਰ ਗੱਡੀਆਂ ਦੱਸ ਦੇਣਾ, ਬਰੀਜ਼ਾ, ਅਰਬਨ ਕਰੂਜ਼ਰ, ਅੱਛਾ ਹਾਂ, ਗਲੈਂਜ਼ਾ, ਸਵਿਫਟ, ਕ੍ਰੇਟਾ, ਹਾਂ ਠੀਕ ਹੈ, ਕੀਆ ਦੀ ਸੈਲਟਸ, ਅੱਛਾ ਠੀਕ ਹੈ ਜੀ, ਨਿਓਸ ਦੀ, ਹੁੰਡਾਈ ਦੀ, i20, ਕੋਈ ਐਸੀ ਕਾਰ ਨਹੀਂ ਹੈ ਜਿਹੜੀ ਉਹ ਕੈਬਸ ਕੋ ਨਹੀਂ ਹੈ। ਕੀ ਮਤਲਬ ਕਿ ਜਿਹੜੀ ਸਭ ਤੋਂ ਛੋਟੀ ਤੋਂ ਛੋਟੀ ਸੈਗਮੈਂਟ ਆ, ਸਭ ਤੋਂ ਵੱਡੀ ਤੋਂ ਵੱਡੀ ਸੈਗਮੈਂਟ ਆ ਅਵੇਲੇਬਲ ਹੋ ਸਕਦੀ ਆ। ਆਲਟੋ i10 ਤੋਂ ਲੈ ਕੇ, ਠੀਕ ਹੈ, ਆਲਟੋ ਤੋਂ ਲੈ ਕੇ ਰੇਂਜ ਰੋਵਰ ਤੱਕ ਗੱਡੀਆਂ ਰੱਖੀਆਂ ਹੋਈਆਂ ਨੇ। ਹਾਂ, ਇਹ ਤੁਹਾਡੀ ਜੇਬ ਆ ਕਿ ਕਿੰਨੀ ਕੁ ਲਾਓ ਕਰਦੀ ਆ ਤੁਹਾਨੂੰ, ਕਿੰਨੀ ਕਿਹੜੀ ਗੱਡੀ ਆ, ਤੁਹਾਡੀ ਨਹੀਂ, ਤੁਹਾਡੀ ਜੇਬ ਆ ਬਈ। ਉਸ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਆ। ਹੁਣ ਬਈ ਜਿਹੜੇ ਬੰਦੇ ਦੇਖਦੇ ਨੇ ਵੀਡੀਓ, ਹੈ ਅਗਲੇ ਨੇ ਫੋਨ ਕਰਨਾ ਬਈ ਹੀਰੋ ਬਾਈ ਦੀ ਦੇਖੀ ਵੀਡੀਓ, ਖਾਸ ਕਰਕੇ NRI ਬੰਦਾ ਦੇਖਦਾ ਬਹੁਤ ਆ। ਬਿਲਕੁਲ, ਅਗਲਾ ਕਹੂ ਬਈ ਗੱਡੀਆਂ ਦੇ 5-7 ਕੋਈ ਗੱਲ, ਪਰ ਰੇਟ ਘਟਾ ਲਿਓ। ਹਾਂ, ਗੱਲਬਾਤ ਐ ਹੋਣੀ ਹੈ। ਹੈ, ਹੋ ਜੂ ਜੇ ਬਲਕ ਦੇ ਵਿੱਚ ਕੋਈ ਡੀਲ ਆ ਉਹਨੂੰ ਆਪਾਂ ਬਲਕ ਵਾਂਗੂ ਹੀ ਲੈਂਦੇ ਆ, ਫਿਰ ਡਿਸਕਾਊਂਟਡ ਵੀ ਪ੍ਰਾਈਸ ਆਪਾਂ ਦੇ ਦਿੰਦੇ ਆ। ਬਿਲਕੁਲ, ਹੋ ਜੂਗਾ ਠੀਕ ਆ ਬਾਈ ਜੀ। ਤੇ ਹੁਣ ਆਪਾਂ ਸਾਰੀ ਵੀਡੀਓ ਖਤਮ ਕਰ ਦਿੰਦੇ, ਓਵੋ ਕੈਬਸ ਦਾ ਬਾਈ ਲੋਗੋ ਜਾਂ ਸਕਰੀਨ ਤੇ ਜਟਾ ਲਾ ਦੀ, ਨੰਬਰ ਸਕਰੀਨ ਤੇ ਦੇਤੇ। ਹੁਣ ਮੰਨ ਲਓ ਅਗਲਾ ਕਹਿੰਦਾ ਬਾਈ ਏਅਰਪੋਰਟ ਤੋਂ ਉਤਰੇ ਅੰਮ੍ਰਿਤਸਰ ਤਾਂ ਆ ਰਿਹਾ, ਬਿਲਕੁਲ ਬਾਈ, ਇੱਥੇ ਕਿਸੇ ਨੇ ਦਫ਼ਤਰ 'ਚ ਆਉਣਾ, ਹਾਂ ਕਿੱਥੇ ਆਉਣ, ਰਣਜੀਤ ਐਵਨਿਊ ਬੀ ਬਲਾਕ ਦੇ ਵਿੱਚ ਇੱਕ ਆਫਿਸ ਹੈ ਆਪਣਾ, ਤੇ ਹੁਣ ਰਣਜੀਤ ਐਵਨਿਊ ਡੀ ਬਲਾਕ ਦੇ ਵਿੱਚ ਵੀ ਬਣ ਰਿਹਾ। ਠੀਕ ਆ, ਠੀਕ ਹੈ, ਅਗਲੇ 6 ਮਹੀਨੇ ਤੱਕ ਅਸੀਂ ਬੀ ਦੇ ਵਿੱਚ ਵੀ ਅਵੇਲੇਬਲ ਹਾਂ ਤੇ ਡੀ ਦੇ ਵਿੱਚ ਵੀ ਅਵੇਲੇਬਲ ਹਾਂ। ਡੀ ਦੇ ਵਿੱਚ ਪੱਕੀ ਸਾਡੀ ਲੋਕੇਸ਼ਨ ਹੈ, ਰਣਜੀਤ ਐਵਨਿਊ ਡੀ ਬਲਾਕ, ਰਣਜੀਤ ਐਵਨਿਊ ਡੀ ਬਲਾਕ ਅੰਮ੍ਰਿਤਸਰ। ਮਤਲਬ ਗੱਲਬਾਤ ਹੈ ਮਿੱਤਰੋ, ਏਅਰਪੋਰਟ ਤੋਂ ਉਤਰੋ, ਘਰ ਦੇ ਨੂੰ ਕੋਈ ਗੱਡੀ ਰਣਜੀਤ ਐਵਨਿਊ ਕੰਨੀ ਪਾ ਲਓ, ਬਿਲਕੁਲ ਗੱਡੀ ਇੱਥੋਂ ਲੈ ਕੇ ਜਾਵਾਂ। ਬਾਕੀ ਘਰਦਿਆਂ ਨੂੰ ਇਹ ਕੀ ਕਹਿਣਾ, ਦਫ਼ਤਰ ਚੱਲੋ, ਸਾਨੂੰ ਦੱਸੋ, ਅਸੀਂ ਚਾਬੀ ਹੱਥ 'ਚ ਥਮਾ ਦੇਣੀ ਏਅਰਪੋਰਟ ਤੇ ਆ ਕੇ। ਅੱਛਾ, ਹਾਂਜੀ, ਅਗਲਾ ਬੰਦਾ ਏਅਰਪੋਰਟ ਤੇ ਉਤਰਿਆ, ਤੁਸੀਂ ਪਹਿਲਾਂ ਹੀ ਪਹੁੰਚ ਜਾਓ। ਬੁਕਿੰਗ ਕਰੋ, ਪ੍ਰੀ ਬੁਕਿੰਗ ਦੇ ਵਿੱਚ ਇਹੋ ਹੀ ਆ, ਐਡਵਾਂਸ ਪਾ ਦਿੱਤਾ, ਸਾਨੂੰ ਦੱਸਤਾ ਕਿ ਆਹ ਗੱਡੀ ਚਾਹੀਦੀ ਆ, ਤੁਸੀਂ ਜਹਾਜੋਂ ਥੱਲੇ ਉਤਰਨਾ, ਅਸੀਂ ਚਾਬੀ ਤੁਹਾਡੇ ਹੱਥ 'ਚ ਫੜਾ ਦੇਣੀ, ਆਹ ਲਓ ਜੀ ਤੁਹਾਡੀ ਗੱਡੀ, ਤੇ ਆਹ ਤੁਹਾਡੀ ਗੱਡੀ ਤੇ ਅਸੀਂ ਚੱਲੇ, ਅਸੀਂ ਚੱਲੇ ਹਾਂ ਜੀ। ਬਸ ਫਾਰਮੈਲਿਟੀ ਪੂਰੀ ਕਰੋ ਤੇ ਗੱਡੀ ਤੁਹਾਡੀ ਆ, ਜਿੰਨੇ ਵੀ ਦਿਨ ਦੀ ਤੁਹਾਡੀ ਬੁਕਿੰਗ ਆ, ਜੇ 30 ਦਿਨ ਦੀ ਬੁਕਿੰਗ ਹੈ ਫਿਰ 30ਵੇਂ ਦਿਨ ਤੁਹਾਨੂੰ ਫੋਨ ਆਊਗਾ ਵੀ ਹੁਣ ਗੱਡੀ ਦੀ ਵਾਪਸੀ ਆ ਜੀ, ਤੁਸੀਂ ਐਕਸਟੈਂਡ ਕਰਨੀ ਹੈ ਕਿ ਕੀ ਕਰਨੀ ਹੈ, ਨਹੀਂ ਤੇ ਵਾਪਸੀ ਦੇਣੀ ਹੈ ਤੇ ਕਦੋਂ ਦੇਣੀ ਹੈ। ਹਾਂ, ਚਲੋ ਮਿੱਤਰੋ, ਤੇ ਗੱਲਾਂ ਬਾਤਾਂ ਐ ਹੋ ਗਈਆਂ ਤੇ ਮਸਲਾ ਤੁਹਾਨੂੰ ਸਾਰਾ ਸਮਝਾਤਾ ਆ, ਤੇ ਰਹਿੰਦੀ ਗੱਲ ਆ ਵੀ ਆ ਕਿ ਬਾਈ ਏਅਰਪੋਰਟ ਦੇ ਨੇੜੇ ਆ, ਉਤਰੋ, ਗੱਡੀ ਤੁਹਾਡੀ ਪਹੁੰਚ ਗਈ ਹੈ, ਨਾ ਬਾਈਆਂ ਨੂੰ ਦੂਰ ਨਾ ਤੁਹਾਨੂੰ ਦੂਰ, ਬਾਈ ਨੇੜੇ ਨੇੜੇ ਵਾਲਾ ਕੰਮ ਹੋ ਗਿਆ। ਬਾਕੀ ਆਸ ਕਰਦੇ ਮਿੱਤਰੋ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ, ਤੁਹਾਡੇ ਕੰਮ ਆਵੇ ਤੇ ਬਾਈ ਹੁਣਾਂ ਦੇ ਵੀ ਕੰਮ ਆਵੇ, ਤੇ ਬਾਈ ਤੁਹਾਡਾ ਤੇ ਬਾਈ ਤੁਹਾਡਾ। ਸਮਾਂ ਦੇਣ ਲਈ ਧੰਨਵਾਦ, ਧੰਨਵਾਦ, ਥੈਂਕ ਯੂ ਬਾਈ ਜੀ।